Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਆਈ ਲਵ ਯੂ ਸੋ ਮਚ ਸਰਤਾਜ। I love you, Sartaj. I really love you, Sartaj. Will you marry me? I really love you. Sachi tonu bahut pyar kardi ha. Main hamesha tode naal rehna chahni ha. Je tusi eh full rakh loge ਤਾਂ ਮੈਂ ਸਮਝ ਲੂੰਗੀ ਕਿ ਤੁਸੀਂ ਮੇਰੀ ਫੀਲਿੰਗਸ ਦੀ ਕਦਰ ਕਰਦੇ ਹੋ। ਕੱਲ੍ਹ ਇੰਨਾ ਸਭ ਕੁਛ ਹੋਣ ਦੇ ਬਾਵਜੂਦ ਅਸ਼ਪ੍ਰੀਤ ਸਰਤਾਜ ਨੂੰ ਪ੍ਰਪੋਜ਼ ਕਿਵੇਂ ਕਰ ਰਹੀ ਹੈ? ਸਰਤਾਜ ਆਪਣੀ ਫੈਮਿਲੀ ਦੇ ਪ੍ਰੈਸ਼ਰ 'ਚ ਆ ਕੇ ਅਸ਼ਪ੍ਰੀਤ ਨਾਲ ਵਿਆਹ ਕਰਵਾਉਣ ਲਈ ਕਿਧਰੇ ਮਨ ਨਾ ਜਾਏ। ਸਰਤਾਜ ਨੇ ਫੁੱਲ ਰੱਖ ਲਿਆ, ਇਸਦਾ ਮਤਲਬ ਉਹ ਵੀ ਮੈਨੂੰ ਪਿਆਰ ਕਰਦਾ। ਲਵਲੀ ਵਿੱਚ ਸਹੀ ਕਹਿੰਦੇ ਸੀ ਕਿ ਜਦ ਸਰਤਾਜ ਨੂੰ ਪਤਾ ਲੱਗੇਗਾ ਕਿ ਮੈਂ ਉਹਨੂੰ ਕਿੰਨਾ ਪਿਆਰ ਕਰਦੀ ਹਾਂ ਤਾਂ ਉਹ ਕੀਰਤ ਨੂੰ ਹਮੇਸ਼ਾ ਲਈ ਭੁੱਲ ਕੇ ਮੇਰਾ ਹੋ ਜਾਏਗਾ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ। Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਆਪਾਂ ਦੋਨੇ ਇੱਕ ਦੂਜੇ ਲਈ ਨਹੀਂ ਬਣੇ, ਨਾ ਮੈਂ ਤੈਨੂੰ ਖੁਸ਼ ਰੱਖ ਪਾਊਂਗਾ ਨਾ ਤੂੰ ਮੇਰੇ ਨਾਲ ਖੁਸ਼ ਰਹਿ ਪਾਏਂਗੀ, ਕਿਉਂਕਿ ਮੈਂ ਸਿਰਫ ਕੀਰਤ ਨੂੰ ਪਿਆਰ ਕਰਦਾ ਤੇ ਮੈਂ ਉਹਦੇ ਇਲਾਵਾ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ। ਇਸ ਗੱਲ ਨੂੰ ਤੂੰ ਜਿੰਨੀ ਜਲਦੀ ਸਮਝ ਲਏਂਗੀ ਤੇਰੇ ਲਈ ਓਨਾ ਵਧੀਆ। ਮੈਨੂੰ ਮਾਫ਼ ਕਰ ਦੀ ਅਸ਼ਪ੍ਰੀਤ, ਸਰਤਾਜ ਜਿੰਨਾ ਪਿਆਰ ਮੈਨੂੰ ਕੋਈ ਹੋਰ ਨਹੀਂ ਕਰ ਸਕਦਾ। ਉਹ ਮੇਰੇ ਲਈ ਆਪਣੇ ਘਰਦਿਆਂ ਦੇ ਖਿਲਾਫ ਹੋਇਆ, ਸਭ ਦੀਆਂ ਨਜ਼ਰਾਂ 'ਚ ਬੁਰਾ ਬਣਿਆ ਅਤੇ ਅੱਜ ਮੇਰੇ ਲਈ ਅਰਸ਼ਪ੍ਰੀਤ ਨੂੰ ਵੀ ਪਿਆਰ ਨਾਲ ਸਮਝਾਇਆ। ਏਕਮ ਚੱਲ ਆਪਾਂ ਉੱਥੇ ਚੱਲੀਏ। ਅਰਸ਼ਪ੍ਰੀਤ ਕੀ ਹੋਇਆ, ਤੂੰ ਰੋ ਕਿਉਂ ਰਹੀ ਹੈ? ਰੋਣਾ ਪੁੱਤਰ, ਮੈਨੂੰ ਦੱਸ ਕੀ ਹੋਇਆ? ਸਰਤਾਜ ਨੇ ਮੇਰਾ ਪਿਆਰ ਟੁਕਰਾ ਦਿੱਤਾ ਲਵਲੀ ਬੇ। ਉਹ ਬਸ ਉਸ ਕੀਰਤ ਨੂੰ ਪਿਆਰ ਕਰਦਾ। ਉਹ ਦੇਖੋ, ਮੈਂ ਜੋ ਉਹਨੂੰ ਫੁੱਲ ਦਿੱਤਾ ਸੀ ਉਹ ਇੱਥੇ ਰੱਖ ਕੇ ਤੇ ਮੈਨੂੰ ਰੋਂਦੀ ਨੂੰ ਛੱਡ ਕੇ ਚਲਾ ਗਿਆ। ਜਦ ਤੱਕ ਕੀਰਤ ਉਹਦੇ ਸਾਹਮਣੇ ਮੈਨੂੰ ਕਦੇ ਐਕਸੈਪਟ ਨਹੀਂ ਕਰੇਗਾ।
ਮੈਂ ਵੀ ਨਾ ਬਹੁਤ ਦਿਨਾਂ ਤੋਂ ਦੇਖ ਰਹੀ ਹਾਂ ਕਿ ਕੀਰਤ ਨਾ ਸਰਤਾਜ ਨੂੰ ਆਪਣੇ ਜਾਲ ਵਿੱਚ ਫਸਾ ਰਹੀ ਹੈ। ਪਰ ਤੂੰ ਫਿਕਰ ਨਾ ਕਰ, ਅੱਜ ਇਸ ਕੀਰਤ ਦੀ ਨਾ ਮੈਂ ਸਾਰਿਆਂ ਦੇ ਸਾਹਮਣੇ ਐਸੀ ਬੇਇੱਜ਼ਤੀ ਕਰੂੰਗੀ ਨਾ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੂਗੀ। ਤੂੰ ਦੇਖੀ ਚੱਲ ਅੱਜ ਉਹਨੂੰ ਮੈਂ ਕਿੱਦਾਂ ਸਾਰਿਆਂ ਦੀ ਨਜ਼ਰਾਂ 'ਚ ਬੁਰੀ ਬਣਾਉਂਦੀ ਹਾਂ, ਫਿਰ ਦੇਖਦੀ ਹਾਂ ਸਰਤਾਜ ਤੈਨੂੰ ਕਿਵੇਂ ਪਿਆਰ ਨਹੀਂ ਕਰਦਾ। ਉਹ ਕਿਵੇਂ ਲਵਲੀ ਬੇਬ? ਉਹ ਵੇਖ, ਸਟਾਕ ਹੋਰ ਪਿਆ ਗੱਡੀ 'ਚ। ਔਰ ਤੇਰਾ ਦਿਮਾਗ ਠੀਕ ਹੈ? ਉਹ ਅੱਜ ਦਿਨ ਸ਼ਰਾਬ ਪੀਵੇਂਗਾ ਤੂੰ? ਫਿਰ ਕੀ ਹੋ ਗਿਆ? ਉਹ ਅੱਜ ਵਿਸਾਖੀ ਦਿਨ ਹੈ, ਅੱਜ ਦੀ ਨਹੀਂ ਫਿਰ ਕਦੇ ਸੀ। ਤੂੰ ਟੈਨਸ਼ਨ ਨਾ ਲੈ, ਗਲਾਸ ਕੱਢ ਗੱਡੀ 'ਚੋਂ। ਯਾਰ ਤੈਨੂੰ ਬੋਲਤਾ ਨਾ, ਮੈਂ ਨਹੀਂ ਪੀਣੀ ਵਿਸਾਖੀ ਅੱਜ। ਸਹੀ ਤਾਂ ਕਹਿ ਰਿਹਾ ਇਹ, ਤੁਹਾਨੂੰ ਇੰਨਾ ਵੀ ਨਹੀਂ ਪਤਾ ਅੱਜ ਦੇ ਦਿਨ ਕੋਈ ਸ਼ਰਾਬ ਨਹੀਂ ਪੀਂਦਾ। ਲਿਆਓ ਮੈਨੂੰ ਦੋ ਇਹ, ਛੱਡੋ ਤੁਸੀਂ ਇਹਨੂੰ, ਨਹੀਂ ਤਾਂ ਮੈਂ ਜਾ ਕੇ ਮੱਖਣ ਸਿੰਘ ਜੀ ਨੂੰ ਸ਼ਿਕਾਇਤ ਕਰ ਦੇਣੀ ਕਿ ਅੱਜ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਤੁਸੀਂ ਇੱਥੇ ਸ਼ਰਾਬ ਪੀ ਰਹੇ ਹੋ, ਅਤੇ ਫਿਰ ਦੇਖਿਓ ਕਿਵੇਂ ਤੁਹਾਡੀ ਸਭ ਦੀ ਨੌਕਰੀ ਤੋਂ ਛੁੱਟੀ ਹੁੰਦੀ ਹੈ। ਨਹੀਂ ਮੈਮ, ਤੁਸੀਂ ਸਰ ਨੂੰ ਨਾ ਦੱਸਿਓ, ਆਹ ਬੋਤਲ ਲਿਓ ਅਤੇ ਸਾਨੂੰ ਜਾਣ ਦਿਓ। ਸ਼ਾਬਾਸ਼, ਇਹ ਨਾ ਮੈਂ ਤੁਹਾਨੂੰ ਬਾਅਦ ਵਿੱਚ ਵਾਪਸ ਕਰ ਦਾਂਗੀ, ਅੱਜ ਦੇ ਦਿਨ ਕੋਈ ਦਾਰੂ ਨਹੀਂ ਪੀਊਗਾ। ਚਲੋ ਜਾਓ, ਹੁਣ ਜਾਓ ਜਾਓ। ਕੀ ਕੀਤਾ ਤੁਸੀਂ? ਇਹ ਸ਼ਰਾਬ ਆਪਾਂ ਕੀਰਤ ਨੂੰ ਕੋਲਡ ਡਰਿੰਕ ਵਿੱਚ ਮਿਕਸ ਕਰਕੇ ਪਿਲਾਵਾਂਗੇ, ਅਤੇ ਫਿਰ ਦੇਖੀ ਕੀਰਤ ਸਾਰਿਆਂ ਦੇ ਸਾਹਮਣੇ ਨਾ ਉਹ ਤਮਾਸ਼ਾ ਕਰੂਗੀ, ਸਾਰੇ ਉਹਦੇ 'ਤੇ ਹੱਸਣਗੇ, ਅਤੇ ਗੁਰਮਨ ਅਤੇ ਮਣੀ ਦੀ ਨਾ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਹੋਊਗੀ। Zee5 ਐਪ ਡਾਊਨਲੋਡ ਕਰੋ ਅਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ। Zee5 ਐਪ ਡਾਊਨਲੋਡ ਕਰੋ ਅਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਬਹੁਤ ਤਾਰੀਫ ਸੁਣੀ ਹੈ ਜਸਮੀਤ ਤੋਂ ਮੈਂ ਤੇਰੀ, ਤਾਂ ਮੈਨੂੰ ਲੱਗਦਾ ਜਿੰਨਾ ਕੁ ਮੈਂ ਤੇਰੇ ਬਾਰੇ ਸੁਣਿਆ ਤੂੰ ਤਾਂ ਉਸ ਤੋਂ ਹੀ ਵਧੀਆ ਹੈ। ਇਹ ਸਭ ਮਨਿੰਦਰ ਤੇ ਗੁਰਮਨ ਜੀ ਦੇ ਸੰਸਕਾਰ ਨੇ। ਬਹੁਤ ਵਧੀਆ ਪਰਵਰਿਸ਼ ਕੀਤੀ ਹੈ ਉਹਨਾਂ ਨੇ ਕਿਰਨ ਦੀ। ਹੁਣੀ ਸ਼ਰਾਬ ਨਾ ਆਪਾਂ ਕੀਰਤ ਨੂੰ ਪਿਲਾਵਾਂਗੇ, ਫਿਰ ਇਹ ਸ਼ਰਾਬ ਪੀ ਕੇ ਨਾ ਕੀਰਤ ਉਹ ਤਮਾਸ਼ਾ ਕਰੂਗੀ ਨਾ ਜਿਹਨੂੰ ਦੇਖ ਕੇ ਕੋਈ ਵੀ ਉਹਨੂੰ ਆਪਣੇ ਘਰ ਦੀ ਨੂੰਹ ਬਣਾਉਣ ਤੋਂ ਪਹਿਲਾਂ 100 ਵਾਰ ਸੋਚੂਗਾ। ਜਾ ਤੂੰ ਛੇਤੀ ਨਾ ਜਾ ਕੇ ਇਹ ਕੀਰਤ ਨੂੰ ਦੇ ਆ। ਨਹੀਂ ਮੈਂ ਲਵਲੀ ਬੇ, ਮੈਂ ਨਹੀਂ ਜਾਂਦੀ। ਹੋਰ ਮੈਂ ਜਾਵਾਂ? ਓਹੋ ਅਸੀਂ ਤੂੰ ਵੀ ਨਹੀਂ ਜਾ ਸਕਦੇ, ਜੇ ਆਪਾਂ ਦੋਵਾਂ ਵਿੱਚੋਂ ਕੋਈ ਵੀ ਗਿਆ ਤਾਂ ਉਹਨੂੰ ਸ਼ੱਕ ਹੋ ਜਾਊਗਾ। ਗੱਲ ਤਾਂ ਤੇਰੀ ਸਹੀ ਹੈ, ਪਰ ਫਿਰ ਕੌਣ ਜਾਊਗਾ? ਜੇ ਇਹ ਕੋਲਡ ਡਰਿੰਕ ਏਕਮ ਕੀਰਤ ਨੂੰ ਆਫਰ ਕਰੇਗਾ ਤੇ ਕੀਰਤ ਖੁਸ਼ੀ ਖੁਸ਼ੀ ਪੀ ਲੂਗੀ। ਏਕਮ ਇੱਧਰ ਆ। ਹੈਪੀ ਵਿਸਾਖੀ ਏਕਮ, ਬਹੁਤ ਸੋਹਣਾ ਲੱਗਦਾ। ਅੱਛਾ ਏਕਮ, ਇਹ ਕੋਲਡ ਡਰਿੰਕ ਜਾ ਕੇ ਆਪਣੀ ਫੇਵਰੇਟ ਕੀਰਤ ਦੀਦੀ ਨੂੰ ਦੇ ਦੇ। ਜਾ ਫਿਰ ਮੈਂ ਤੈਨੂੰ ਚੌਕਲੇਟ ਦਊਂਗੀ। ਬਸ ਕੁਛ ਗਲਤ ਫਹਿਮੀਆਂ ਕਰਕੇ ਅੱਜ ਇਹ ਸਭ ਇੰਨੇ ਨੇੜੇ ਹੋ ਕੇ ਵੀ ਇੱਕ ਦੂਜੇ ਤੋਂ ਕਿੰਨੇ ਦੂਰ ਹੈ, ਕੋਲ ਖੜ ਕੇ ਕੋਈ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਿਹਾ। ਮੈਂ ਕੀ ਕਰਾਂ ਅੱਜ ਜਿਸ ਨਾਲ ਇਹ ਰਲ ਮਿਲ ਕੇ ਇਕੱਠੇ ਹੋ ਕੇ ਵਿਸਾਖੀ ਦਾ ਤਿਉਹਾਰ ਮਨਾਉਣ, ਜਿਵੇਂ ਹਮੇਸ਼ਾ ਮਨਾਉਂਦੇ ਸੀ, ਖੁਸ਼ੀ ਖੁਸ਼ੀ ਨੱਚ ਗਾ ਕੇ। ਆ ਲਓ ਦੀਦੀ, ਕੋਲਡ ਡਰਿੰਕ ਪੀ ਲਓ। ਥੈਂਕ ਯੂ ਏਕਮ, ਮੇਰਾ ਨਾ ਕੁਛ ਪੀਣ ਦਾ ਮਨ ਕਰ ਰਿਹਾ ਸੀ। ਬਾਏ ਦੀਦੀ। ਕਿਰਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਇਹਦੇ ਵਿੱਚ ਕੁਛ ਮਿਲਿਆ ਹੋਇਆ ਹੈ। ਹੋ ਤੁਸੀਂ ਟੈਨਸ਼ਨ ਨਾ ਲਓ, ਕੁਝ ਨਹੀਂ ਪਤਾ ਲੱਗਦਾ ਉਹਨੂੰ। ਇਹ
ਹੁਣ ਦੇਖੀ ਕੀ ਹੁੰਦਾ, ਉਹ ਤਮਾਸ਼ਾ ਹੋਊਗਾ ਨਾ ਇੱਥੇ, ਮਜ਼ਾ ਆਊਗਾ। ਚਲੋ ਚਲੋ ਦੇਖਦੇ ਹਾਂ ਜਾ ਕੇ। ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਸਾਡੇ ਵੱਲੋਂ ਕੱਟੀ ਗਈ ਪਹਿਲੀ ਫਸਲ ਦੀ ਇਹ ਭੇਟ, ਤੁਸੀਂ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਹੋ, ਤੁਸੀਂ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਹੋ, ਤੁਹਾਡੇ ਵਰਗੇ ਮੰਤਰੀ ਦੀ ਸਾਨੂੰ ਲੋੜ ਹੈ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਫ੍ਰੀਕੁਐਂਟਲੀ ਮਿਲਣ ਆਏਗੀ, ਠੀਕ ਹੈ? ਇਹ ਮੇਰਾ ਪ੍ਰੋਮਿਸ ਹੈ ਤੇਰੇ ਨਾਲ। ਹੁਣ ਤੁਸੀਂ ਮੇਰੇ ਨਾਲ ਖੇਲੋਗੇ? ਹਾਂ ਹਾਂ, ਆਫ ਕੋਰਸ। ਰਣਵੀਰ ਪੁੱਤਰ, ਤੇਰਾ ਦਿਲ ਤਾਂ ਬਿਲਕੁਲ ਅੰਮ੍ਰਿਤਾ ਵਾਂਗ ਹੀ ਹੈ, ਉਹ ਵੀ ਬੱਚਿਆਂ ਨੂੰ ਦੇਖ ਕੇ ਨਾ ਏਦਾਂ ਹੀ ਪਿਘਲ ਜਾਂਦੀ ਸੀ। ਚਾਚਾ ਜੀ, ਹੁਣ ਅਸੀਂ ਚੱਲਦੇ ਹਾਂ। ਹਾਂ ਹਾਂ, ਜਾਓ ਪੁੱਤਰ, ਚਿੰਤਾ ਨਾ ਕਰੀ ਭਰਜਾਈ ਜੀ ਦੀ, ਅਸੀਂ ਹੈਗੇ ਹਾਂ ਨਾ ਉਹਨਾਂ ਦਾ ਧਿਆਨ ਰੱਖਣ ਵਾਸਤੇ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। I'm really very sorry. ਬੈਗ ਬਹੁਤ ਹੈਵੀ ਸੀਗਾ, ਮੈਂ ਚੱਕ ਦੇਣਾ ਉਹਨੇ। ਬਾਕਸ ਵਿੱਚ ਕੀ ਹੈ? ਦੇ, ਮੈਂ ਬੈਗ 'ਚ ਪਾ ਦੇਣਾ, ਫੜਾ। ਤੁਸੀਂ ਨਾ ਮੇਰੀ ਗੱਲ ਸੁਣੋ ਪਹਿਲਾਂ ਤਾਂ,
ਤੁਹਾਡੇ ਨਾਲ ਮੈਂ ਘਰ ਤਾਂ ਜਾ ਰਹੀ ਹਾਂ ਪਰ ਮੇਰੀ ਨਾ ਇੱਕ ਸ਼ਰਤ ਹੈ। ਸ਼ਰਤ? ਓਕੇ, ਐਂਡ ਵਾਟਸ ਦੈਟ? ਹੁਣ ਤਾਂ ਤੂੰ ਜੋ ਕਹੇਂਗੀ ਮੰਨਣਾ ਹੀ ਪਏਗਾ ਮੈਨੂੰ। ਨਹੀਂ ਨਹੀਂ, ਉਹ ਤਾਂ ਪੁਰਾਣਾ ਵਾਅਦਾ ਸੀ, ਇੱਕ ਹੋਰ ਨਵਾਂ ਵਾਅਦਾ ਤੁਹਾਨੂੰ ਮੇਰੇ ਨਾਲ ਕਰਨਾ ਪਏਗਾ। ਹਾਂ, ਹੁਣ ਤਾਂ ਸਿਚੁਏਸ਼ਨ ਹੀ ਇਦਾਂ ਦੀ ਹੈ ਤੇ ਤੂੰ ਪੂਰਾ ਪ੍ਰੋਫਿਟ ਤਾਂ ਚੱਕੇਂਗੀ ਉਹਦਾ, ਹੈ ਨਾ? ਆ ਮੈਨੂੰ ਫੜਾ ਦਿਓ। ਮੈਂ ਕਰ ਲਾਂਗੀ, ਜਾਓ ਤੁਸੀਂ। ਓਕੇ। ਤੁਸੀਂ ਕਦੇ ਮੇਰੇ ਦਿਲ ਦੀ ਗੱਲ ਨਾ ਸਮਝਿਓ, ਮੈਨੂੰ ਬੁਰੇ ਹੀ ਸਮਝਿਓ ਤੁਸੀਂ। ਸੌਰੀ ਵੀ ਉੱਤੋਂ ਉੱਤੋਂ ਹੀ ਬੋਲ ਦਿੱਤੀ ਹੋਣੀ ਹੈ ਤੁਸੀਂ ਤਾਂ। ਵੈਸੇ ਤੇਰੀ ਕੰਡੀਸ਼ਨ ਸੁਣਨ ਤੋਂ ਪਹਿਲੇ ਮੈਂ ਕਹਿ ਦਿੰਦਾ ਕਿ ਮੈਨੂੰ ਤੇਰੀ ਸਾਰੀ ਕੰਡੀਸ਼ਨਸ ਮਨਜ਼ੂਰ ਨੇ। ਬੋਲ। ਲੱਗਦਾ ਹੈ ਘਰ ਵਿੱਚ ਗੱਲ ਜਿਹੜੀ ਹੈਗੀ ਉਹ ਹੱਥੋਂ ਬਾਹਰ ਨਿਕਲ ਗਈ ਹੈ। ਹਾਂ, ਤਾਂ ਹੀ ਕਰਕੇ ਆਇਆ ਤੇ ਤਾਂ ਹੀ ਕਰਕੇ ਇੰਨੀ ਰਿਕੁਐਸਟ ਕਰ ਰਿਹਾ ਤੇਰੀ। ਹਾਂਜੀ, ਪਤਾ ਮੈਨੂੰ, ਉਦਾਂ ਥੋੜੀ ਨਾ ਤੁਸੀਂ ਮੈਨੂੰ ਲੈਣ ਆਉਣਾ ਸੀ। ਪਲੀਜ਼ ਰੀਤ ਮੈਮ, ਆਈ ਐਮ ਸੌਰੀ, ਗਨ ਫੜ ਕੇ ਸੌਰੀ। ਹੁਣ ਚਲੀਏ ਅਸੀਂ ਜਾਂ ਹੋਰ ਵੀ ਕੁਛ ਬਾਕੀ? ਹਾਂਜੀ ਹਾਂਜੀ ਰਣਵੀਰ ਜੀ, ਚਲੋ। ਪਰ ਜਿਹੜਾ ਵਾਅਦਾ ਸੁਣੇ ਬਿਨਾ ਤੁਸੀਂ ਨਿਭਾਉਣ ਲਈ ਹਾਂ ਕਰ ਦਿੱਤੀ ਹੈ ਨਾ, ਉਹਨੂੰ ਨਿਭਾਉਣਾ ਵੀ ਪੈਣਾ, ਯਾਦ ਰੱਖਿਓ। ਆਈ ਡੋਨਟ ਨੋ ਮੈਂ ਇਸ ਚੱਕਰ 'ਚ ਕਿਉਂ ਫਸ ਰਿਹਾ, ਬਟ ਇਟਸ ਫਾਈਨ। ਠੀਕ ਹੈ, ਯਾਦ ਰੱਖਾਂਗਾ ਜੋ ਵੀ ਕੰਡੀਸ਼ਨ ਹੋਏਗੀ ਤੇਰੀ। ਤੋਰੋ ਹੁਣ ਗੱਡੀ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਇਸ ਸਭ ਦੀ ਕੀ ਲੋੜ ਸੀ ਜੀ? ਇਹ ਇੰਨਾ ਸਭ ਨਹੀਂ ਹੈ, ਸਾਡੇ ਲਈ ਤਾਂ ਇਹ ਸਭ ਬਹੁਤ ਘੱਟ ਹੈ। ਜਵੰਦਾਸ ਆਪਣੀ ਖਾਤਰਦਾਰੀ ਲਈ ਏਦਾਂ ਹੀ ਮਸ਼ਹੂਰ ਨਹੀਂ ਨੇ ਨਾ। ਮਸ਼ਹੂਰ ਤਾਂ ਇੱਥੇ ਦੇ ਹਿਟਲਰ ਸਾਹਿਬ ਵੀ ਬਹੁਤ ਤੇ। ਤੁਹਾਨੂੰ ਇਹ ਘਰ ਜਿੱਦਾਂ ਦਾ ਲੱਗ ਰਿਹਾ ਹੈ ਇਹ ਉਦਾਂ ਦਾ ਹੈ ਨਹੀਂ। ਨੂਰ ਭਾਬੀ, ਲਾਈਕ ਸੀਰੀਅਸਲੀ, ਤੁਹਾਡੀ ਸੀਆ ਨੇ ਜਵਾਬ ਤਾਂ ਇਹੀ ਸੋਚ ਕੇ ਦਿੱਤਾ ਸੀ ਕਿ ਉਹਨੂੰ ਰਾਮ ਰਾਜ ਮਿਲੇਗਾ, ਪਰ ਇਹ ਘਰ ਕਿਸੇ ਰਾਵਣ ਦੀ ਲੰਕਾ ਤੋਂ ਘੱਟ ਨਹੀਂ ਹੈ। ਦੇਖੋ, ਤੁਹਾਡੇ ਕੋਲ ਹਲੇ ਵੀ ਟਾਈਮ ਹੈ, ਸੋਚ ਲਓ, ਇਹਨਾਂ ਨਾਲ ਰਹਿਣਾ ਸੌਖਾ ਨਹੀਂ ਹੈ। ਵੈਸੇ ਮੰਨਣਾ ਪਏਗਾ ਤੁਹਾਡੇ ਲੋਕਾਂ ਦੀ ਹਿੰਮਤ, ਤੁਸੀਂ ਆਪਣੀ ਧੀ ਨੂੰ ਇੱਥੇ ਭੇਜ ਰਹੇ ਹੋ, ਇਹ ਘਰ ਟੌਰਚਰ ਨਿਵਾਸ ਹੈ, ਟੌਰਚਰ ਨਿਵਾਸ। ਨਹੀਂ ਨਹੀਂ, ਇਹਦੀ ਕੋਈ ਲੋੜ ਨਹੀਂ ਹੈ। ਕੋਈ ਗੱਲ ਨਹੀਂ ਪੁੱਤ, ਪਾਲ। ਹੁਣ ਆਈ ਪੁੱਤ। ਇਹ ਚੱਲ ਕੀ ਰਿਹਾ? ਇਹ ਆਂਟੀ ਜੀ ਤਾਂ ਕਿੰਨੇ ਪਿਆਰੇ ਨੇ, ਕੋਈ ਮੰਨ ਹੀ ਨਹੀਂ ਸਕਦਾ ਕਿ ਉਸ ਟੈਵਲ ਜੀਤ ਦੀ ਮੰਮੀ ਨੇ। ਕਿੱਥੇ ਉਹ ਤੇ ਕਿੱਥੇ?
ਲੈ ਪੁੱਤ ਇਹ ਕੜੇ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ ਤੈਨੂੰ ਨਹੀਂ ਪਵਾਵਾਂਗੀ ਤਾਂ ਹੋਰ ਕਿਹਨੂੰ ਪਵਾਵਾਂਗੀ ਇਹ ਤੇਰੀ ਅਮਾਨਤ ਹੈ ਪੁੱਤ ਹੁਣ ਤੂੰ ਇਹਦੀ ਅਸਲੀ ਹੱਕਦਾਰ ਹੈ ਮਨਾ ਨਹੀਂ ਕਰੀਦਾ ਤੂੰ ਸਾਡੇ ਖਾਨਦਾਨ ਨਾਲ ਜੁੜਨ ਜਾ ਰਹੀ ਹੈ ਇਹ ਸਾਡੇ ਵੱਲੋਂ ਸ਼ਗਨ ਹੈ ਮੈਂ ਕੁਝ ਸਮਝੀ ਨਹੀਂ ਇਹਦੇ 'ਚ ਸਮਝਣ ਵਾਲੀ ਕਿਹੜੀ ਗੱਲ ਹੈ ਇਸੇ ਲਈ ਤਾਂ ਪੁੱਤ ਤੂੰ ਇੱਥੇ ਆਈ ਹੈ ਬਸ ਹੁਣ ਤੂੰ ਛੇਤੀ ਛੇਤੀ ਸਾਡੀ ਹੋ ਜਾ ਇਹ ਸਭ ਚੱਲ ਕੀ ਰਿਹਾ ਪਹਿਲਾਂ ਇਹ ਲੋਕ ਆਪਣੇ ਕੰਪਨੀ ਨੂੰ ਪਰਿਵਾਰ ਬੁਲਾਉਂਦੇ ਆ ਕਿ ਮੈਂ ਇਹਨਾਂ ਦੇ ਪਰਿਵਾਰ ਦਾ ਹਿੱਸਾ ਬਣਨ ਵਾਲੀ ਹਾਂ ਹੁਣ ਇਹ ਕੜੇ ਪਾ ਰਹੇ ਨੇ ਮੈਂ ਇਹਨਾਂ ਦੇ ਸੀਰੀਅਲ 'ਚ ਮਾਤਾ ਸੀਤਾ ਦਾ ਰੋਲ ਕਰਨ ਵਾਲੀ ਹਾਂ ਸ਼ਾਇਦ ਇਸੇ ਲਈ ਇਹ ਮੈਨੂੰ ਆਦਰਸ਼ ਪਤਨੀ ਤੇ ਨੂੰਹ ਵੇਖ ਰਹੇ ਹੋਣੇ ਆ ਪਰ ਇੰਨਾ ਕੌਣ ਕਰਦਾ ਹੈ Zee5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ Zee5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ ਤੂੰ ਕੀ ਸਮਝਦੀ ਕੀ ਹੈ ਆਪਣੇ ਆਪ ਨੂੰ ਹੈ ਬਹੁਤ ਤੇਜ਼ ਹੈ ਤੂੰ ਤੈਨੂੰ ਕੀ ਲੱਗਦਾ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਤੂੰ ਕਰਨਾ ਕੀ ਚਾਹ ਰਹੀ ਹੈ ਭਾਬੀ ਮੈਂ ਤਾਂ ਬਸ ਉਸ ਪੋਲੇ ਜਿਹੇ ਪਰਿਵਾਰ ਨੂੰ ਡੀਜੇ ਦੇ ਬਾਰੇ ਪਹਿਲਾਂ ਤੋਂ ਹੀ ਚੌਕੰਨਾ ਕਰ ਰਹੀ ਸੀ ਕਿ ਫਿਰ ਉਹ ਬਾਅਦ 'ਚ ਸਾਡੇ ਤੇ ਇਲਜ਼ਾਮ ਨਾ ਲਗਾਉਣ ਕਿ ਅਸੀਂ ਵਾਰਨਿੰਗ ਨਹੀਂ ਦਿੱਤੀ ਅੱਛਾ ਜਿਹੜੀ ਕੁੜੀ ਦਾ ਦਿਮਾਗ ਅੱਜ ਤੱਕ ਮੈਨੀਕਿਓਰ ਪੈਡੀਕਿਓਰ ਤੋਂ ਉੱਤੇ ਨਹੀਂ ਉੱਠਿਆ ਉਹ ਕਦੋਂ ਤੋਂ ਦੂਜਿਆਂ ਦੀ ਇੰਨੀ ਕੇਅਰ ਕਰਨ ਲੱਗ ਪਈ ਹੈ ਤੂੰ ਦੂਜਿਆਂ ਦੀ ਫਿਕਰ ਛੱਡ ਤੇ ਆਪਣੇ ਮੇਕਅਪ ਤੇ ਧਿਆਨ ਦੇ ਡੀਜੇ ਤੇ ਸਿਰੇ ਦਾ ਜਿਹੜਾ ਤੂੰ ਮੈਚ ਬਿਠਾਉਣ ਤੇ ਲੱਗੀ ਹੋਈ ਹੈ ਨਾ ਉਹ ਨਹੀਂ ਹੋ ਸਕਦਾ ਇਸ ਲਈ ਚੰਗਾ ਤੂੰ ਆਪਣੀ ਨੇਲ ਪੋਲਿਸ਼ਾਂ ਤੇ ਆਪਣੇ ਮੇਕਅਪ ਦਾ ਧਿਆਨ ਰੱਖ ਤੇ ਇਸ ਰਿਸ਼ਤੇ 'ਚ ਰਹਿਤਾ ਫੈਲਾਉਣ ਦੀ ਸੋਚੀ ਵੀ ਨਾ ਨਹੀਂ ਭਾਬੀ ਮੈਂ ਤਾਂ ਇਹਦਾ ਤਾਂ ਕਦੇ ਕੁਝ ਸੋਚਿਆ ਵੀ ਨਹੀਂ ਮੈਂ ਤੇ ਬਸ ਮੈਨੂੰ ਨਾ ਦੱਸ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਨੂਰ ਡੀਜੇ ਨੇ ਆਪ ਇਸ ਕੁੜੀ ਨੂੰ ਚੁਣਿਆ ਹੁਣ ਜਦੋਂ ਤੱਕ ਡੀਜੇ ਆਪ ਇਹ ਰਿਸ਼ਤਾ ਨਹੀਂ ਤੋੜ ਦਿੰਦੇ ਉਦੋਂ ਤੱਕ ਇਹੀ ਕੁੜੀ ਫਾਈਨਲ ਰਹੂਗੀ ਸਮਝ ਗਈ ਤੂੰ ਓਫੋ ਨੂਰ ਪਾਪੀ ਪਲਾਨ ਤਾਂ ਤੁਹਾਡਾ ਕਮਾਲ ਦਾ ਸੀ ਪਰ ਤਰੀਕਾ ਇਕਦਮ ਫੁੱਸ ਹੋ ਗਈ ਨਾ ਤੁਹਾਡੀ ਟਾਈਮ ਟਾਈਮ ਫਿਸ਼ ਤੇ ਤੁਸੀਂ ਸੋਚ ਕਿੱਦਾਂ ਲਿਆ ਕਿ ਸਿਮਰਨ ਭਾਬੀ ਨੂੰ ਕੁਝ ਪਤਾ ਨਹੀਂ ਚੱਲੇਗਾ ਲਾਈਕ ਸੀਰੀਅਸਲੀ ਭੁੱਲੋ ਨਾ ਭਾਵੇਂ ਉਹ 12th ਪਾਸ ਨੇ ਪਰ ਉਹਨਾਂ ਦਾ ਦਿਮਾਗ ਬੁਲੇਟ ਟ੍ਰੇਨ ਤੋਂ ਵੀ ਤੇਜ਼ ਦੌੜਦਾ ਹੈ ਜੇ ਮਹਾਨ ਸ਼ਾਤਰ ਨਾਲ ਮੁਕਾਬਲਾ ਕਰਨਾ ਹੈ ਨਾ ਤਾਂ ਮਹਾਨ ਸ਼ਾਤਰ ਬਣ ਕੇ ਹੀ ਸੋਚਣਾ ਪਏਗਾ ਫਲਕ ਜੀ ਭਾਬੀ ਆਈ ਮੈਂ ਇੰਨੀ ਛੇਤੀ ਹਾਰ ਨਹੀਂ ਮੰਨਣ ਵਾਲੀ ਇਹ ਰੋਕਾ ਤਾਂ ਮੈਂ ਹੋਣ ਨਹੀਂ ਦੇਵਾਂਗੀ ਸਿਮਰਨ ਭਾਬੀ ਤੁਸੀਂ ਸਿਰਫ ਹਾਲੇ ਤੱਕ ਮੇਰਾ ਮੇਕਅਪ ਦੇਖਿਆ ਹੈ ਹੁਣ ਇਹ ਰਿਸ਼ਤਾ ਕਿੱਦਾਂ ਬ੍ਰੇਕਅਪ ਹੁੰਦਾ ਹੈ ਹੁਣ ਤੁਸੀਂ ਉਹ ਦੇਖਣਾ ਪਰ ਮੈਂ ਤੇ ਹਾਲੇ ਸਿਲੈਕਟ ਹੀ ਹੋਈ ਹਾਂ ਤੇ ਇੱਥੇ ਬਸ ਗੱਲਬਾਤ ਕਰਨ ਆਈ ਹਾਂ ਜਾਣਦੀ ਹਾਂ ਸਭ ਕੁਝ ਜਾਣਦੀ ਹਾਂ ਮੈਂ ਸਭ ਕੁਝ ਇੰਨੀ ਛੇਤੀ ਛੇਤੀ ਹੋ ਗਿਆ ਤੇ ਮੇਰੇ ਕੋਲ ਖੁਸ਼ੀ 'ਚ ਇੰਤਜ਼ਾਰ ਹੀ ਨਹੀਂ ਹੋ ਰਿਹਾ ਵੇਖ ਕਿੰਨੇ ਸੋਹਣੇ ਲੱਗ ਰਹੇ ਨੇ ਤੇਰੇ ਹੱਥਾਂ ਵਿੱਚ ਹਾਏ ਰੱਬਾ ਇਹ ਆਂਟੀ ਜੀ ਤਾਂ ਬੜੇ ਇਮੋਸ਼ਨਲ ਹੋ ਰਹੇ ਨੇ ਸ਼ਾਇਦ ਇਹ ਸੀਰੇ ਨੂੰ ਲੈ ਕੇ ਬਹੁਤ ਭਾਵੁਕ ਨੇ ਕਿਉਂ ਹੈ ਪੁੱਤ ਕੀ ਸੋਚ ਰਹੀ ਹੈ ਜੀ ਮੈਨੂੰ ਆ ਕੜੇ ਰੋਜ਼ ਪਾਣੇ ਆ ਜਾਂ ਮੈਂ ਸੈੱਟ ਤੇ ਪਾ ਕੇ ਆਵਾਂ ਜਾਂ ਫਿਰ ਕੋਸਟਿਊਮ ਡਿਜ਼ਾਈਨਰ ਨੂੰ ਜਮ੍ਹਾਂ ਕਰਾ ਕੇ ਆਵਾਂ ਚੱਲ ਕੋਈ ਗੱਲ ਨਹੀਂ ਤੂੰ ਇਹਨੂੰ ਭਾਵੇਂ ਰੋਜ਼ ਪਾ ਲਿਆ ਕਰੀ ਠੀਕ ਹੈ ਜਿਵੇਂ ਤੇਰੀ ਮਰਜ਼ੀ ਹੁਣ ਇਹ ਤੇਰੇ ਹੀ ਨੇ ਠੀਕ ਹੈ ਦਾਦੀ ਬਾਹਰ ਮੀਡੀਆ ਵਾਲੇ ਆਏ ਨੇ ਇੱਕ ਵਾਰ ਦੇਖ ਲਓ ਠੀਕ ਹੈ ਮੈਂ ਹੁਣੇ ਆਈ ਪੁੱਤ Zee5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ Zee5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ ਗਾਗਰ ਰੈਡੀ ਹੈ ਇਹ ਤੂੰ ਲੈ ਕੇ ਆਈ ਹੈ ਆਖਰ ਸਾਰਾ ਕੰਮ ਮੇਰੇ ਬੱਚੇ ਨੂੰ ਕਰਨਾ ਪਿਆ ਨਾ ਥੈਂਕ ਯੂ ਮੇਰੇ ਬੱਚੇ ਚਾਹੁੰਦੀ ਰਹਿ ਤੇਰੀ ਅਤੀ ਹੈ
ਸਾਰਾ ਕੰਮ ਤੂੰ ਕ੍ਰੈਡਿਟ ਲੈਣ ਨਹੀਂ ਕਰਦੀ ਨਾ। ਕੋਈ ਨਾ, ਰੋਟੀ ਖਾਣੀ ਨਾ ਤਾਂ ਕੰਮ ਤੇ ਤੈਨੂੰ ਕਰਨਾ ਪੈਣਾ, ਚਾਹੇ ਰੋ ਕੇ ਕਰ ਚਾਹੇ ਹੱਸ ਕੇ ਕਰ। ਗੁਰਲੀਨ, ਗੁਰਲੀਨ, ਅੱਜ ਵਿਆਹ ਦਾ ਘਰ ਹੈ ਔਰ ਤੈਨੂੰ ਅੱਜ ਵੀ ਕਲੇਸ਼ ਪਾਉਂਦੀ ਪਈ ਹੈ। ਲਓ, ਕੀ ਗਲਤ ਕਿਹਾ ਮੰਮੀ ਨੇ, ਜਿੱਥੇ ਵਿਆਹ ਕੇ ਜਾਏਂਗੀ ਉੱਥੇ ਵੀ ਤਾਂ ਕੰਮ ਕਰਕੇ ਰੋਟੀ ਮਿਲੇਗੀ, ਨਾਲੇ ਕਿਹੜਾ ਤੂੰ ਆਫਿਸਰ ਲੱਗ ਜਾਣਾ ਹੈ ਕਿਤੇ। ਅਸੀਂ ਤੈਨੂੰ ਮੌਕਾ ਦੇਣਾ ਕੰਮ ਸਿੱਖਣ ਦਾ, ਸਿੱਖ ਲੈ, ਨਾਲੇ ਤੈਨੂੰ ਮਹਿਰ ਦੇ ਵਰਗੇ ਇਨ ਲਾਓ ਸੀ ਤੇ ਨਹੀਂ ਮਿਲਣਾ। ਵੀਰ ਜੀ, ਤੁਸੀਂ ਬਿਨਾਂ ਵਜ੍ਹਾ ਵਿਕਰਮ ਦੇ ਭੜਕ ਰਹੇ ਹੋ। ਤੁਸੀਂ ਫੇਰ ਸ਼ੁਰੂ ਹੋ ਗਏ ਜੀ, ਕੱਲ ਇਹਦਾ ਵਿਆਹ ਹੈ ਤੇ ਅਸੀਂ ਥੋੜੀ ਦੇਰ ਚ ਹੁਣ ਜਾਗੋ ਕੱਢਣੀ ਹੈ ਤੇ ਤੁਸੀਂ ਇਹ ਸਭ ਲੈ ਕੇ ਬਹਿ ਗਏ। ਅੱਖਾਂ ਬੰਦ ਕਰਨਾ, ਸੱਚਾਈ ਨਹੀਂ ਬਦਲੇਗੀ। ਜੇ ਕਿਸੇ ਨੇ ਫਿਰ ਤੋਂ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਫਿਰ। ਕੀ ਕਹਿ ਰਹੇ ਹੋ ਜੀ ਤੁਸੀਂ, ਕਿਡਨੈਪਿੰਗ ਫਿਰ ਤੋਂ ਹੋ ਸਕਦੀ ਹੈ? ਕਿਉਂ ਨਹੀਂ ਹੋ ਸਕਦੀ, ਜਿਸ ਤਰੀਕੇ ਨਾਲ ਉਹ ਮਿੰਟੀ ਦੇ ਪਿੱਛੇ ਪਏ ਹੋਏ ਨੇ, ਉਹ ਸਾਡੀ ਬਿਜ਼ਨਸ ਤੇ ਸਾਡੀ ਫੈਮਿਲੀ ਨੂੰ ਟਾਰਗੇਟ ਕਰ ਰਹੇ ਨੇ। ਦੇਖ ਲਓ, ਇਹਦਾ ਵਿਆਹ ਤੇ ਇਹਦੇ ਫੋਨ ਵਜਣੇ ਬੰਦ ਨਹੀਂ ਹੋ ਰਹੇ। ਆਈ ਐਮ ਸ਼ੋਰ ਇਹਦੀ ਕਿਸੇ ਗਰਲਫ੍ਰੈਂਡ ਦਾ ਫੋਨ ਹੋਣਾ। ਟੈਕ ਮੇਹਰ ਦਾ ਕਾਲ ਹੈ, ਕਰ ਲੈ ਗੱਲ। ਥੈਂਕਸ, ਮੈਂ ਕਰਦਾ ਤੁਹਾਨੂੰ ਥੋੜ੍ਹੀ ਚੋ। ਅਸ਼ੋਕ ਜੀ, ਵੀਰ ਜੀ, ਬੀ ਕੇਅਰਫੁਲ। ਮੈਨੂੰ ਫੀਲ ਹੋ ਰਿਹਾ ਇਹ ਸਭ ਕੁਝ ਇੰਨੀ ਛੇਤੀ ਖਤਮ ਹੋਣ ਵਾਲਾ ਨਹੀਂ। ਉਹ ਕੁਝ ਹੋਰ ਵੀ ਕਰਨਗੇ। ਜੀ ਵੀਰ ਜੀ, ਵਿਕਰਮ ਤੂੰ ਫੋਨ ਤੇ ਗੱਲ ਕਰ, ਫਿਰ ਆ ਜੀ। ਵੈਸੇ ਵੀ ਜਿੰਨੀਆਂ ਗੱਲਾਂ ਕਰਨੀਆਂ ਨਾ ਅੱਜ ਕਰ ਲੈ, ਕਿਉਂਕਿ ਕੱਲ ਤੋਂ ਫੋਨ ਤੇ ਗੱਲ ਕਰਨ ਦਾ ਮੌਕਾ ਨਹੀਂ ਮਿਲਣਾ, ਕਿਉਂਕਿ ਉਸ ਤੋਂ ਬਾਅਦ ਤਾਂ ਉਹਨੇ ਇੱਥੇ ਹੀ ਆ ਜਾਣਾ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ। Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਜੱਸੀ ਆ ਜਾ ਢੋਲ ਲੈ ਕੇ। ਕਦੇ ਹਾਂ ਕਰਕੇ ਕਦੇ ਹੋ ਕਰਕੇ ਜਿਹੜਾ ਤੇਰੇ ਨਿਪਟਿਆ ਰੇ ਲੰਮੀ ਬਾਹ ਕਰਕੇ। ਚਿੜੀਆਂ ਦਾ ਚੰਬਾਵੇ ਬਾਬੂ ਅਸਾਂ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ ਬਾਬੂ ਕਿਹੜੇ ਦੇਸ਼ ਜਾਣਾ। ਸਾਡਾ ਚਿੜੀਆਂ ਦਾ ਚੰਬਾਵੇ ਬਾਬੂ ਅਸਾਂ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ ਬਾਬੂ ਕਿਹੜੇ ਦੇਸ਼ ਜਾਣਾ। ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬੂ ਡੋਲਾ ਨਹੀਂ ਲੰਘਦਾ, ਇੱਕ ਇੱਟ ਪਟਾ ਦੇਵਾਂ ਧੀਏ ਕਰ ਜਾ ਆਪਣੇ।
ਜੇ ਤੂੰ ਫੋਟੋ ਡਿਲੀਟ ਕਰਾਉਣੀ ਆ ਨਾ ਤਾਂ ਤੈਨੂੰ ਉਹ ਕਰਨਾ ਪੈਣਾ ਜੋ ਮੈਂ ਤੈਨੂੰ ਕਿਹਾ ਸੀ। ਚਲੋ ਹੁਣ ਇਹਨਾਂ ਦੀ ਵਿਦਾਈ ਕਰੀਏ, ਸਵੇਰੇ ਬਰਾਤ ਦਾ ਸਵਾਗਤ ਵੀ ਕਰਨਾ ਹੈ। ਚਲੋ ਹੁਣ ਅਸੀਂ ਵੀ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਵੇਰੇ ਮੁੰਡੇ ਵਾਲੇ ਦੇ ਘਰ ਜਾਣਾ, ਗਿਫਟ ਕੌਣ ਲੈ ਕੇ ਜਾਊਗਾ? ਮੈਂ ਜਾਵਾਂਗੀ ਮੰਮੀ। ਨਾ ਨਾ ਤੂੰ ਨਹੀਂ ਜਾਏਂਗੀ, ਤੂੰ ਘਰੇ ਰਹੇਂਗੀ। ਮੈਂ ਕਿਉਂ ਨਹੀਂ ਜਾ ਸਕਦੀ ਮੰਮੀ? ਨਾ ਨਾ ਤੂੰ ਨਹੀਂ ਜਾ ਸਕਦੀ, ਕਈ ਮੁੰਡੇ ਵਾਲੇ ਸਾਲੀ ਨੂੰ ਅੱਧੀ ਘਰਵਾਲੀ ਸਮਝਦੇ ਨੇ, ਤੈਨੂੰ ਮੈਂ ਉੱਥੇ ਨਹੀਂ ਭੇਜਣਾ। ਚਲੋ ਚਲੋ ਜਲਦੀ ਗਿਫਟ ਪੈਕ ਕਰੀਏ, ਸਵੇਰੇ ਜਾਣਾ ਵੀ ਮੁੰਡੇ ਵਾਲੇ ਦੇ। ਚਲੋ Zee5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਤੁਸੀਂ ਜੋ ਕੁਝ ਵੀ ਇੱਥੇ ਆ ਕੇ ਸੁਣਾ ਰਹੇ ਹੋ ਨਾ, ਇਹ ਸਭ ਸੁਣਾਣਾ ਨਹੀਂ ਬੰਦਾ ਤੁਹਾਡਾ। ਔਰ ਵੈਸੇ ਵੀ ਗਲਤੀ ਤੁਹਾਡੀ ਕੁੜੀ ਦੀ ਹੈ, ਮੇਰੇ ਮੁੰਡੇ ਦੀ ਨਹੀਂ। ਉਹ ਸਾਨੂੰ ਬਿਨਾਂ ਦੱਸੇ ਬਿਨਾਂ ਪੁੱਛੇ ਪਤਾ ਨਹੀਂ ਕਿੱਥੇ ਚਲੀ ਗਈ। ਜਦ ਰਾਤੀ ਉਹ ਘਰ ਸੀ ਤੇ ਸਵੇਰੇ ਕਿੱਦਾਂ ਗਾਇਬ ਹੋ ਗਈ ਸਾਨੂੰ ਨਹੀਂ ਪਤਾ। ਕਿਤੇ ਇਹ ਤਾਂ ਨਹੀਂ ਕਿ ਰਾਤੀ ਕਿਤੇ ਚੱਲੀ ਗਈ ਹੋਵੇ? ਨਹੀਂ ਨਹੀਂ, ਸਵੇਰੇ ਮਾਂ ਕਾਲੀ ਦੀ ਪੂਜਾ ਲਈ ਕਿਆਰੀ ਚੋਂ ਫੁੱਲ ਤੋੜਿਆ ਮੈਂ ਉਹਨੂੰ ਆਪ ਦੇਖਿਆ ਸੀ, ਉਸ ਤੋਂ ਬਾਅਦ ਮੈਂ ਸੈਰ ਤੇ ਨਿਕਲ ਗਿਆ। ਸੁਣ ਲਿਆ, ਸਵੇਰੇ ਉਹ ਘਰ ਹੀ ਸੀ ਔਰ ਪੂਜਾ ਦੀ ਤਿਆਰੀ ਕਰ ਰਹੀ ਸੀ, ਫਿਰ ਅਚਾਨਕ ਇਹੋ ਜਿਹਾ ਕੀ ਹੋ ਗਿਆ ਜੋ ਘਰ ਛੱਡ ਕੇ ਚਲੀ ਗਈ? ਔਰ ਮੇਰਾ ਪੁੱਤਰ 24 ਘੰਟੇ ਤੇ ਉਹਦੀ ਨਿਗਰਾਨੀ ਨਹੀਂ ਕਰ ਸਕਦਾ ਨਾ। ਜੇ ਤੁਹਾਡੀ ਧੀ ਲਾਪਰਵਾਹ ਨਾ ਤੇ ਉਹਦੇ ਵਿੱਚ ਮੇਰੇ ਮੁੰਡੇ ਦਾ ਕੋਈ ਕਸੂਰ ਨਹੀਂ ਹੈ। ਅੱਛਾ, ਉਹਦਾ ਨਹੀਂ ਤੇ ਕਿਹਦਾ ਕਸੂਰ ਹੈ? ਪੁੱਛੋ ਨਾ ਆਪਣੇ ਪੁੱਤਰ ਨੂੰ ਕੀ ਕਹਿ ਕੇ ਲਿਆਇਆ ਸੀ ਸ਼ਿਵਿਕਾ ਨੂੰ ਇੱਥੇ। ਇਹਨਾਂ ਨੇ ਕਿਹਾ ਸੀ ਕਿ ਮੈਂ ਸ਼ਿਵਿਕਾ ਦਾ ਹਰ ਹਾਲ ਵਿੱਚ ਸਾਥ ਨਿਭਾਵਾਂਗਾ। ਹਾਂ, ਨਿਭਾਇਆ ਉਹਨੇ ਤੁਹਾਡੀ ਕੁੜੀ ਦਾ ਸਾਥ। ਤੁਹਾਡੀ ਕੁੜੀ ਦਾ ਸਾਥ ਨਿਭਾਉਣ ਵਾਸਤੇ ਉਹਨੇ ਆਪਣੇ ਪੂਰੇ ਘਰ ਵਾਲਿਆਂ ਦਾ ਦਿਲ ਦੁਖਾਇਆ, ਸਾਡੀ ਮਰਜ਼ੀ ਦੇ ਖਿਲਾਫ ਜਾ ਕੇ ਉਹ ਉਸ ਕੁੜੀ ਨੂੰ ਇਸ ਘਰ ਵਿੱਚ ਲੈ ਕੇ ਆਇਆ। ਔਰ ਸਾਡੇ ਸਵਾਲ ਕਰਨ ਤੇ ਉਹਨੇ ਆਪਣੀ ਮਾਂ ਦਾ ਸਾਥ ਨਾ ਦੇ ਕੇ ਤੁਹਾਡੀ ਧੀ ਸ਼ਿਵਿਕਾ ਦਾ ਸਾਥ ਦਿੱਤਾ ਹੈ। ਭੈਣ ਜੀ, ਬੁਰਾ ਨਾ ਮੰਨਣਾ, ਗਲਤੀ ਤੇ ਤੁਹਾਡੀ ਵੀ ਹੈ। ਤੁਸੀਂ ਆਪਣੀ ਧੀ ਸ਼ਿਵਿਕਾ ਨੂੰ ਉਹਦੇ ਨਾਲ ਇੱਥੇ ਭੇਜਿਆ ਹੀ ਕਿਉਂ ਜਦ ਤੁਹਾਨੂੰ ਇਸ਼ਾਨ ਤੇ ਭਰੋਸਾ ਹੀ ਨਹੀਂ ਸੀ? ਅਨੂ, ਬਸ ਕਰ, ਇਸ ਵੇਲੇ ਇਹ ਸਭ ਗੱਲਾਂ ਕਰਨ ਦਾ ਮਾਹੌਲ ਨਹੀਂ ਹੈ। ਇਸ ਵੇਲੇ ਸਾਨੂੰ ਸ਼ਿਵਿਕਾ ਦੇ ਬਾਰੇ ਸੋਚਣਾ ਚਾਹੀਦਾ। ਚੁੱਪ ਕਰ ਤੂੰ। ਏਦਾਂ ਕਿੱਦਾਂ ਚੁੱਪ ਰਵਾਂ? ਇਹ ਸਾਡੇ ਹੀ ਘਰ ਹੀ ਜਾ ਕੇ ਸਾਡੇ ਹੀ ਮੁੰਡੇ ਦੀ ਗਲਤੀਆਂ ਕੱਢ ਰਹੇ ਨੇ, ਸਾਡੇ ਹੀ ਮੁੰਡੇ ਦਾ ਕਸੂਰ ਕੱਢ ਰਹੇ ਨੇ, ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਸੁਣੀ ਦੇਵਾਂ? ਸੁਣਨਾ ਪਏਗਾ। ਅਸੀਂ ਨਹੀਂ ਸੀ ਕਿਹਾ ਤੁਹਾਡੇ ਮੁੰਡੇ ਨੂੰ ਕਿ ਸ਼ਿਵਿਕਾ ਦੀ ਮਾਂਗ ਚ ਸਿੰਦੂਰ ਪਾਏ? ਉਹਨੇ ਆਪੇ ਪਾਇਆ ਤੇ ਜੇ ਉਹਨੇ ਵਿਆਹ ਕੀਤਾ ਹੈ ਨਾ ਤੇ ਜ਼ਿੰਮੇਵਾਰੀ ਵੀ ਡਾਕਟਰ ਸਾਹਿਬ ਨੂੰ ਚੁੱਕਣੀ ਪਏਗੀ। ਬਸ ਕਰੋ ਤੁਸੀਂ ਦੋਵੇਂ। ਮਾਮ, ਇਹ ਸਾਡਾ ਪਰਸਨਲ ਮੈਟਰ ਹੈ, ਤੁਸੀਂ ਵਿੱਚ ਨਾ ਪਾਓ। ਆਈ ਨੋ ਆਂਟੀ ਜੀ, ਸ਼ਿਵਿਕਾ ਮੇਰੀ ਜ਼ਿੰਮੇਵਾਰੀ ਹੈ ਅਤੇ ਮੈਂ ਤੁਹਾਨੂੰ ਇਹੀ ਕਹਿ ਕੇ ਲੈ ਕੇ ਆਇਆ ਸੀ ਕਿ ਮੈਂ ਸ਼ਿਵਿਕਾ ਦਾ ਕਦੇ ਵੀ ਹੱਥ ਨਹੀਂ ਛੱਡਾਂਗਾ। ਤੁਹਾਡੇ ਜਿੰਨੇ ਵੀ ਕਿਲੇ ਸ਼ਿਕਵੇ ਆ, ਤੁਹਾਡੇ ਜਿੰਨੇ ਵੀ ਸਵਾਲ ਹੈ, ਸਭ ਸਹੀ ਹੈ, ਪਰ ਸੱਚ ਦੱਸਾਂ ਤਾਂ ਤੇ ਮੈਨੂੰ ਆਪ ਨਹੀਂ ਪਤਾ ਸ਼ਿਵਿਕਾ ਕਿਹੜੇ ਰੀਜ਼ਨ ਤੋਂ ਇੱਥੋਂ ਗਈ ਹੈ। ਮੇਰੀ ਗਲਤੀ ਹੈ, ਮੈਂ ਮਾਫ਼ ਕਰਨਾ ਆਂਟੀ ਜੀ, ਇੰਟਰਸਟ ਮੀ, ਸ਼ਿਵਿਕਾ ਜਿੱਥੇ ਵੀ ਹੋਏਗੀ ਮੈਂ ਉਹਨੂੰ ਲੱਭ ਕੇ ਲੈ ਕੇ ਆਵਾਂਗਾ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ।
शिविका पता नहीं कितने चलेगी। एक्सक्यूज मी, तुसी इस कुड़ी नू कित्थे देखिया? नहीं जी नहीं, मैं नहीं देखिया। हे माँ काली, मेरी मदद करो, मैं इत्थे एक मिनट भी नहीं रह सकती। घर वाले कितना परेशान हो रहे होंगे, सब सोच रहे होंगे मैं पता नहीं कितने चले गई। डॉक्टर शान होता इस वेले सो के उठ भी गए होंगे। कुड़ी ने दरवाजा खड़का खड़का के मेरा सिर दुखन लाता। या कर दिया जो कर लेने दे, वैसे भी असी कर तो कुछ सकते नहीं जब तक अगला हुक्म नहीं आता। एक काम कर दिया, एदे नाल अपने हाथ खोल लेनी। एक बार हाथ खुल गए फिर फटाफट बच जाएंगे। तो हे मां काली मेहर करो। जय मां काली, कोई मुसीबत नहीं है मां जेड़ी तुहाड़ा नाम लेंदे ठीक ना होवे। सो इस मुसीबत नू भी दूर करके मैनू बाहर कढ़ दो मां। जय मां काली, जय मां काली, जय मां काली, जय मां काली। Zee5 ऐप डाउनलोड करो ते वेखो सारे एपिसोड बिल्कुल फ्री। Zee5 ऐप डाउनलोड करो ते वेखो पूरे एपिसोड बिल्कुल फ्री। दरवाजा खोलो। कौन हो तुसी? मैनू इत्थे क्यों बंद कीते? दरवाजा खोलो प्लीज। ਤੁਹਾਡਾ ਫੋਨ ਆ ਰਿਹਾ ਸੀ। ਇੱਕ ਮਿੰਟ ਪਾਪਾ, ਮੈਂ ਹੁਣੇ ਆਈ। ਉਹ ਕੁੜੀ ਤਾਂ ਦਰਵਾਜ਼ਾ ਖੜਕਾ ਖੜਕਾ ਕੇ ਮੈਨੂੰ ਲੱਗਦਾ ਦਰਵਾਜ਼ਾ ਹੀ ਨਾ ਪਾਉਂਦੀ। ਉਹ ਜੋ ਕਰਦੀ ਹੈ ਕਰਨ ਦੋ, ਬਸ ਇੰਨਾ ਧਿਆਨ ਰੱਖਣਾ ਕਿ ਜਦ ਤੱਕ ਮੈਂ ਨਾ ਕਹਾਂ ਉਹ ਕੁੜੀ ਉੱਥੋਂ ਨਿਕਲਣੀ ਨਹੀਂ ਚਾਹੀਦੀ, ਸਮਝੇ? ਜੋ ਹੁਕਮ ਦਿਵਿਆਨਾ ਮਾਂ। ਤਾਈ ਜੀ ਦੇ ਕਹਿਣ ਤੇ ਤਾਈ ਸ਼ਾਨ ਟਸ ਤੋਂ ਮਸ ਨਹੀਂ ਹੋਇਆ, ਇਸ ਲਈ ਮੈਨੂੰ ਸ਼ਿਵਿਕਾ ਦੀ ਮਾਂ ਨੂੰ ਇੱਥੇ ਬੁਲਾਉਣਾ ਪਿਆ। ਤੇ ਕਿਡਨੈਪਿੰਗ ਤਾਂ ਸਿਰਫ ਇੱਕ ਬਹਾਨਾ ਹੈ ਤਾਂ ਕਿ ਸ਼ਿਵਿਕਾ ਦੀ ਮਾਂ ਨੂੰ ਇਹ ਅਹਿਸਾਸ ਹੋ ਜਾਏ ਕਿ ਇਸ਼ਾਨ ਸ਼ਿਵਿਕਾ ਨੂੰ ਇੱਥੇ ਲੈ ਜ਼ਰੂਰ ਆਇਆ ਹੈ ਪਰ ਸੰਭਾਲ ਨਹੀਂ ਸਕਿਆ, ਅਤੇ ਹੁਣ ਨਾ ਹੀ ਉਹ ਉਹਨੂੰ ਲੱਭ ਕੇ ਲਿਆ ਸਕਦਾ ਹੈ। 3 ਦਿਨਾਂ 'ਚ ਇਹਨਾਂ ਦੋਨਾਂ ਦਾ ਵਿਆਹ ਹੈ ਪਰ ਇਹਨਾਂ 3 ਦਿਨਾਂ 'ਚ ਸ਼ਿਵਿਕਾ ਦੀ ਮਾਂ ਆਪੇ ਸਮਝ ਜਾਏਗੀ ਕਿ
ਉਹਦੀ ਧੀ ਨੂੰ ਇੱਥੇ ਕਿਸੇ ਨੇ ਨਹੀਂ ਅਪਣਾਇਆ ਅਤੇ ਨਾ ਹੀ ਇਸ਼ਾਨ ਉਹਨੂੰ ਪਿਆਰ ਕਰਦਾ ਹੈ ਅਤੇ ਇਹ ਸਭ ਦੇਖ ਕੇ ਉਹਦੀ ਮਾਂ ਆਪ ਹੀ ਸ਼ਿਵਿਕਾ ਨੂੰ ਇੱਥੋਂ ਲੈ ਕੇ ਚਲੀ ਜਾਏਗੀ ਅਤੇ ਜਿਸ ਤੋਂ ਬਾਅਦ ਇਹ ਵਿਆਹ ਆਪ ਹੀ ਕੈਂਸਲ ਹੋ ਜਾਏਗਾ। ਕੀ ਹੋਇਆ ਜੀ, ਕਿਹਦਾ ਫੋਨ ਸੀ? ਮੇਰੀ ਸ਼ਿਵਿਕਾ ਦਾ ਕੁਝ ਪਤਾ ਲੱਗਾ? ਸ਼ਾਰਦਾ ਜੀ, ਤੁਸੀਂ ਮੇਰੇ ਨਾਲ ਚਲੋ। ਦਿਵਿਆਨਾ ਮਾਂ ਦੇ ਹੁੰਦਿਆਂ ਆ ਸ਼ਿਵਿਕਾ ਨੂੰ ਕੁਝ ਵੀ ਨਹੀਂ ਹੋਏਗਾ। ਸ਼ਿਵਿਕਾ ਜਿੱਥੇ ਵੀ ਹੋਏਗੀ ਸਹੀ ਸਲਾਮਤ ਹੋਏਗੀ। ਤੁਸੀਂ ਮੇਰੇ ਨਾਲ ਚਲੋ, ਤੁਸੀਂ ਥੱਕ ਗਏ ਹੋਗੇ ਨਾ, ਮੂੰਹ ਹੱਥ ਧੋ ਕੇ ਆਰਾਮ ਕਰ ਲਓ। ਆ ਜਾਓ ਆ ਜਾਓ। ਰਿਸ਼ੀ ਜੀ, ਤੁਸੀਂ ਵੀ ਥੋੜ੍ਹੀ ਦੇਰ ਆਰਾਮ ਕਰ ਲਓ। ਇਸ ਕੁੜੀ ਦੇ ਮਾਂ ਪਿਓ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਇਸ਼ਾਨ ਉਹਦੇ ਕਾਬਿਲ ਨਹੀਂ ਹੈ, ਉਦੋਂ ਤੱਕ ਉਸ ਕੁੜੀ ਨੂੰ ਮੇਰੀ ਕੈਦ ਚ ਹੀ ਰਹਿਣਾ ਪਏਗਾ। Zee5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।